ਦੇ ਮਾਇਆ ਦੀ ਮਹਿਮਾ ਗਾਇਨ ਕੀਤੀ। ਦਰਿਆ ਦੇ ਕੰਢੇ ਤੇ ਪ੍ਰਗਟ ਬਣਾ ਗੋਇੰਦਵਾਲ ਗੋਬਿੰਦਪੁਰੀ ਸਮ ਜਿਸਨੂੰ ਤੀਰ ਵਿਪਾਕ ਬਣਾਇਓ। ਮਹਾਰਾਜ ਜੀ ਕਹਿਣਗੇ ਇਹ ਸੰਤ ਜੀ ਗੱਲ ਇਹ ਹੈ
ਵੀ ਅਸੀਂ ਇੱਥੇ ਬੋਲੀ ਬਣਵਾਈ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਜਿੰਨੇ ਤੀਰਥ ਨੇ 68 ਤੀਰਥ ਸਾਰੇ ਹੀ ਲਿਆਂਦੇ, ਇਹਦੇ ਵਿੱਚ ਹੀ ਪ੍ਰਵੇਸ਼ ਕਰਦੇ ਨੇ। ਇੱਥੇ ਇਸ਼ਨਾਨ ਕਰ ਲਵੋ, ਜਿੰਨਾ ਨੂੰ ਆਪ ਤੁਹਾਨੂੰ ਹਰਿਦੁਆਰ ਜਾ ਕੇ ਗੰਗਾ ਤੇ ਇਸ਼ਨਾਨ ਕਰਕੇ ਮਿਲਣਾ ਹੈ, ਇੱਥੇ ਤੁਹਾਨੂੰ ਸਹਿਜੇ ਹੀ ਮਿਲ ਜਾਏ। ਪਰ ਮਨ ਦਾ ਸੁਭਾਅ ਕਿਹੋ ਜਿਹਾ ਸਾਧੂ ਤੇ ਮਨ ਦਾ ਨਹੀਂ ਹੈ, ਜਿੱਥੇ ਮਨ ਲੱਗੇ ਬਸ ਉੱਥੇ ਉੱਥੇ ਵੀ ਉੱਪਰ ਕਰਮਾਂ ਕਰੀ ਜਾਂਦੇ, ਮਨ ਦਾ ਆਪਣਾ ਸੁਭਾਅ ਨਹੀਂ। ਮਹਾਰਾਜ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਹਰਿਦੁਆਰ ਜਾਣਾ, ਜਦ ਨੂੰ ਮੰਨਿਆ ਨਾ ਸਾਹਿਬ ਜੋ ਮਨ ਜਿੱਥੇ ਲੱਗਿਆ ਉੱਥੇ ਲੱਗਿਆ ਹੁੰਦਾ, ਕਰਦੇ ਕਰਦੇ ਚਲਾ ਗਿਆ ਜਾਂਦਾ 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 ਹਰਿਦੁਆਰ ਪਹੁੰਚ ਗਿਆ। ਤੁਰ ਕੇ ਜਾਣਾ ਸੀ ਕਿੰਨੇ ਦਿਨ ਲੱਗ ਗਏ, ਉੱਧਰ ਕੁੰਭ ਵੀ ਸ਼ੁਰੂ ਹੋ ਗਿਆ ਸਾਧਸੰਗ, 12 ਸਾਲ ਬਾਅਦ ਕੁੰਭ ਲੱਗਦਾ ਯਾਰ, 6 ਸਾਲ ਬਾਅਦ ਅਰਧ ਕੁੰਭੀ ਲੱਗੀ, ਐਸਾ ਹੁੰਦਾ। ਪਹੁੰਚ ਗਿਆ ਜਾ ਕੇ ਆਪਣੇ ਰਹਿਣ ਨੂੰ, ਕੋਈ ਅਸਾਂ ਆਪਣੇ ਕਮਰਾ ਵਗੈਰਾ ਉੱਥੇ ਲੈ ਲਿਆ ਜਗ੍ਹਾ ਦੇਖ ਕੇ। ਇੱਕ ਦਿਨ ਕੀ ਹੋਇਆ ਸਾਧਸੰਗ ਇਸ਼ਨਾਨ ਕਰਦੇ 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 ਉਹਦੇ ਕੋਲ ਇੱਕ ਕਰਵੰਡਲ, ਜਿਹਨੂੰ ਵਡੋਲੂ ਕਹਿੰਦੇ ਆ ਸਾਧਸੰਗ, ਕਰਵੰਡਲ ਸੀ। ਸੋ ਮਹੀਨਾ ਪਰ ਉੱਥੇ ਰਿਹਾ, ਸੇਵਾ ਕਰੀ ਗਿਆ, ਸੰਗਤ ਕਰੀ ਗਿਆ। ਜਿਸ ਵੇਲੇ ਸਮਾਪਤੀ ਹੋਈ ਉਸੇ ਰਸਤੇ ਫਿਰ ਮੁੜਨਾ ਸੀ ਸਾਧਸੰਗ, ਹੁਣ ਮੋੜਾ ਪਾ ਲਿਆ। ਚੱਲਦਾ ਚੱਲਦਾ ਹੌਲੀ 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 ਫਿਰ ਗੋਇੰਦਵਾਲ ਸਾਹਿਬ ਵਿਖੇ ਆ ਗਿਆ, ਦਰਬਾਰ ਲੱਗਿਆ ਮਹਾਰਾਜ ਜੀ ਦਾ। ਉੱਚੇ ਆਸਣ ਤੇ ਬੈਠੇ ਨੇ ਮਹਾਰਾਜ ਜੀ, ਚੌਰ ਗੁਰਦਾਸ ਚੌਰ ਕਰਦਾ, ਸੰਗਤਾਂ ਬੈਠੀਆਂ, ਕੀਰਤਨੀ ਰਵਾਬੀਰ ਸਿੰਘ ਕੀਰਤਨ ਵੀ ਕਰਦੇ ਨੇ। ਮਾਨੋ ਦੂਸਰਾ ਵੈਕੁੰਠ ਬਣਿਆ ਹੋਇਆ ਹੈ, ਕਹਿਤ ਕਬੀਰ ਅਲ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੈ ਆਹੇ। ਬੜੀ ਜੀ ਨਗਰ ਵੈਕੁੰਠ ਜਿੱਥੇ ਸਾਧੂ ਸਾਧੂ।
ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਹੈ।
ਮਹਾਰਾਜੀ ਉੱਚੇ ਆਸਣ ਤੇ ਬੈਠੇ ਨੇ, ਚੋਰ ਗੁਰਦਾਸ ਚੋਰ ਕਰਦਾ ਹੈ, ਕੀਰਤਨੀ ਵਾਲਮੀ ਸਿੰਘ ਕੀਰਤਨ ਕਗਨ ਮਨ, ਦੂਸਰਾ ਹੀ ਕੁੰਡ ਬਣਿਆ ਹੋਇਆ ਸਾਸ। ਜਿਸ ਵੇਲੇ ਸਮਾਪਤੀ ਸੁਝਾਏ ਆ ਮਹਾਰਾਜਾ, ਜਿਸ ਵੇਲੇ ਤੁਸੀਂ ਪਹਿਲਾਂ ਆਏ ਸੀ ਤੁਹਾਡੇ ਹੱਥ ਦੇ ਵਿੱਚ ਕਲਮੰਡਲ ਸੀ, ਡੋਲੂ ਸੀ, ਉੱਧਰ ਗਿਆ। ਕਹਿਣਗਿਆ ਮਹਾਰਾਜ ਮੈਂ ਇਸ਼ਨਾਨ ਕਰਨ ਵੜਿਆ ਸੀ ਪਾਣੀ, ਚੰਗਾ ਹੁਣ ਗਰਮੀ ਦਾ ਮੌਸਮ ਹੈ, ਮੌਸਮ ਬਦਲ ਗਿਆ, ਜਾ ਕੇ ਬੋਰੇ ਵਿੱਚ ਇਸ਼ਨਾਨ ਚੱਲ ਕੇ ਆਓ। ਸਤਵਚਨ ਮਹਾਰਾਜ ਵਚਨ ਮੰਨਿਆ ਗੁਰੂਆਂ ਦਾ, ਜਿਸ ਵੇਲੇ ਬੋਰੀ ਸਾਹਿਬ ਦੇ ਵਿੱਚ ਗਿਆ ਸਾਧ। ਇਸੇ ਤਰ੍ਹਾਂ ਇੱਕ ਪ੍ਰੇਮੀ ਸੀ, ਦਿੱਲੀ ਰਹਿੰਦਾ ਸੀ ਸਾਧ ਸਿੰਘ, ਨਾਮ ਸੀ ਉਹਦਾ ਗੰਗੋ ਸਾਹਿਬ। ਕੁਦਰਤੀ ਸਮੇਂ ਦਾ ਹੇਰ ਫੇਰ ਐਸਾ ਆਇਆ, ਕੰਮਕਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ, ਉਹ ਕਾਰਨ ਐਸੇ ਜੁੜ ਜਾਂਦੇ ਨੇ। ਕਈ ਵਾਰ ਆਪਣੇ ਹੰਕਾਰ ਆ ਜਾਂਦਾ, ਤਾਂ ਇਹ ਵੀ ਮਾੜਾ ਹੁੰਦਾ, ਕੋਈ ਹੋਰ ਇਹੋ ਜਿਹੇ ਕਾਰਨ ਜੁੜ ਜਾਂਦੇ ਨੇ, ਜਿਹਦੇ ਕਰਕੇ ਜੀਵਨ ਦੇ ਵਿੱਚ ਵਿਘਨ ਪੈਣੇ ਸ਼ੁਰੂ ਹੋ ਜਾਂਦੇ। ਗਲਤ ਜਿੰਨਾ ਮਿਲਿਆ ਇਹਨਾਂ ਧਨ ਜੋਗ ਨੇ ਆਹ, ਖਾਲੀ ਚੱਲੇ ਧੜੀ ਸੁਣ ਟਿੱਬੇ ਜੋ ਮੀ ਆਹ, ਜਿਵੇਂ ਟਿੱਬਾ ਮੀਂਹ ਜਿੰਨਾ ਮਰਜ਼ੀ ਪੈ ਜਾਏ ਸਾਧ ਸੰਗਤ, ਪਰ ਟਿੱਬਾ ਖਾਲੀ ਦਾ ਖਾਲੀ ਹੀ ਰਹਿ ਜਾਂਦਾ, ਸੁੱਕਾ ਹੀ ਰਹਿ ਜਾਂਦਾ, ਸਾਰਾ ਪਾਣੀ ਉੱਪਰੋਂ ਢੱਕ ਕੇ ਥੱਲੇ ਨੀਵੇਂ ਥਾਂ ਤੇ ਆ ਜਾਂਦਾ ਸਾਧ ਸੰਗਤ। ਇਉਂ ਗਰਭ ਜਿੰਨਾ ਵਡਿਆਈਆਂ, ਗਰਭ ਮੈਂ ਹੁੰਦਾ ਅਹੰਕਾਰ, ਕਾਹਦਾ ਅਹੰਕਾਰ ਹੋ ਗਿਆ ਵਡਿਆਈਆਂ ਦਾ, ਧਨ ਜੋਬਨ ਧਨ ਦਾ ਮਾਣ ਹੋ ਗਿਆ, ਜਵਾਨੀ ਕਹੀਏ ਜੋਬਨ ਦਾ ਮਾਣ ਹੋ ਗਿਆ, ਜਿਸਕੇ ਅੰਦਰ ਰਾਜ ਭਗਵਾਨ ਸੋ ਨਰਕ ਪਾਤੀ ਹੋ ਸਵਾਨ, ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਵਿਸ਼ਟਾ ਕਾ ਜੰਤ, ਆਪਸਕੋ ਕਰਮ ਬੰਤ ਕਹਾਵੈ, ਜਨਮ ਮਰੈ ਕੋ ਜੋਨ ਪ੍ਰਭਾਵੈ, ਧਨ ਭੂਮਿਕਾ ਚੁੱਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇਲ ਦੇ ਗਰੀਬੀ ਵਸਾਵੈ, ਨਾਨਕੀਆ ਮੁਕਤ ਆਗਿਆ ਸੁਖ ਪਾਵੈ। ਪੜ੍ਹੀਏ ਜੀ ਗਲਤ ਜਿੰਨਾ ਵਡਿਆਈਆਂ ਖਾਲੀ Thank you.
I'm sorry.
ਤੇਰੇ ਕਾਰੋਬਾਰ ਦੇ ਵਿੱਚ ਬਰਕਤਾਂ ਪਾਉਣਗੇ
ਬਚਨ ਮਰਨੀ ਸਾਡਾ ਇੱਕ ਪਾਸੇ ਲੈਟਰ ਤੇ ਗੁਰੂ ਨਾਨਕ ਦਾ ਖਾਤਾ ਖੋਲਣੀ, ਜਿੰਨੀ ਤੈਨੂੰ ਆਮਦਨ ਹੋਵੇ ਬਚਤ ਹੋਵੇ ਉਹਦੇ ਵਿੱਚੋਂ ਸੇਵਾ ਲਿਖੀ ਜਾਈ, ਦਾਨ ਲਿਖੀ ਜਾਈ ਆਪਣਾ। ਸਤ ਵਚਨ ਮਹਾਰਾਜ ਆਗਿਆ ਲੈ ਕੇ ਚਲਿਆ ਗਿਆ, ਜਾਗੀ ਦੁਆਰੇ ਫਿਰ ਕਾਰੋਬਾਰ ਸ਼ੁਰੂ ਕੀਤਾ। ਕਿਰਪਾ ਤਾਂ ਗੁਰੂਆਂ ਦੀ ਹੁੰਦੀ ਹੈ, ਸਾਥ ਫਿਰ ਕਾਰੋਬਾਰ ਉਸੇ ਤਰ੍ਹਾਂ ਹੀ ਚੱਲ ਪਿਆ। ਕਾਫੀ ਸਮਾਂ ਲੰਘ ਗਿਆ, ਇੱਧਰ ਕੀ ਖੇਡ ਵਰਤੀ ਸਾਧ ਸੰਗਤ ਗੋਇੰਦਵਾਲ ਸਾਹਿਬ ਵਿਖੇ, ਕੋਈ ਗਰੀਬੀ ਦਾ ਦੱਸਿਆ ਪ੍ਰੇਮੀ ਕੋਈ, ਉਹਦੇ ਘਰ ਦੇ ਵਿੱਚ ਲੜਕੀ ਸੀ, ਵਿਆਹ ਕਰਨਾ ਸੀ ਲੜਕੀ ਦਾ, ਕੋਲ ਕੋਈ ਚੀਜ਼ ਹੈ ਨਹੀਂ। ਇਹਨੇ ਵੀ ਮਹਾਰਾਜ ਦਾ ਆਸਰਾ ਚੱਕਿਆ, ਚਰਣਾ ਚ ਪਹੁੰਚਿਆ, ਮਹਾਰਾਜ ਬੜੀ ਗਰੀਬੀ ਹੈ, ਲੜਕੀ ਦਾ ਵਿਆਹ ਕਰਨਾ ਹੈ, ਮਹਾਰਾਜ ਕਿਰਪਾ ਕਰੋ। ਉਹ ਕਹਿਣਗੇ ਕੋਈ ਗੱਲ ਨੀ ਭਾਈ, ਕਿਉਂ ਕਰਕੇ ਦਿੱਲੀ ਜਾ, ਉੱਥੇ ਸਾਡਾ ਇੱਕ ਸੇਵਾ ਦਾ ਸਿੱਖ ਰਹਿੰਦਾ ਹੈ, ਗੰਗੋ ਸਾਹਿਬ ਦਾ ਨਾਮ ਹੈ, ਉੱਥੇ ਚਲਿਆ ਜਾਈ, ਜਾ ਕੇ ਉਹਨੂੰ ਕਹੀ ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਮੈਨੂੰ 500 ਮੋਹਰਾਂ ਦੇ ਦਿਓ। ਉਦੋਂ ਕਰੰਸੀ ਮੋਹਰਾਂ ਦੀ ਹੁੰਦੀ ਸੀ, ਸੋਨੇ ਦੀਆਂ ਮੋਹਰਾਂ ਔਰ ਚਾਂਦੀ ਦੇ ਰੁਪਈਏ ਸਾਹਿਬ ਦਾ। ਮੇਰਾ ਕਾਰਨ ਸਮਝਿਆ ਹੈਗਾ, ਵਚਨ ਮੰਨਿਆ ਸਾਹਿਬ, ਹੌਲੀ 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 ਚੱਲਦਾ ਚੱਲਦਾ ਦਿੱਲੀ ਚਲਿਆ ਗਿਆ। ਜਾ ਕੇ ਪਤਾ ਕੀਤਾ, ਹਰ ਹਰ ਨਾਮ ਜਪੰਦਿਆ ਕਛ ਨ ਕਹੇ ਜਮਕਾਰ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਨੁਪਾਰ। ਜਿਸ ਵੇਲੇ ਸਤਿਗੁਰਾਂ ਨੇ ਆਪਣੀਆਂ ਜੀਆਈਆਂ ਕੱਢ ਲਈਆਂ, ਮਰਿਆਈਆਂ ਮਰਿਆਈਆਂ ਰਹਿ ਗਈਆਂ, ਦੁਖੀ ਹੋ ਗਿਆ ਸਾ, ਫਿਰ ਹੁਣ ਮੁੜ ਕੇ ਗੁਰੂ ਘਰ ਜਿੱਥੇ ਆਇਆ, ਗੁਰੂ ਘਰ ਦੀ ਮਹਿਮਾ ਨਿਵਾਗ ਦੇ ਵਿੱਚ ਆਈ ਮਨਾ, ਜਿੱਥੋਂ ਦਾਤਾ ਮਿਲੀਆਂ ਸੀ ਉਹਨੂੰ ਭੁੱਲ ਗਿਆ। ਫਿਰ ਕੀ ਸੀ ਸਾਧ ਸੰਗ, ਫਿਰ ਉਹੀ ਗੱਲ ਹੋਈ, ਚੱਲਦਾ 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 ਹੌਲੀ ਹੌਲੀ ਗੁਰੂ ਚਰਨਾਂ ਦੇ ਵਿੱਚ ਪਹੁੰਚਿਆ। ਹੁਣ ਸਤਿਗੁਰਾਂ ਦੇ ਸਾਹਮਣੇ ਨਹੀਂ ਉਹ ਹੁੰਦਾ, ਸਮਾਂ ਜਾਣ ਕੇ ਚਰਨਾਂ ਤੇ ਲਿਪਟ ਗਿਆ ਸਾਧ ਸੰਗ। ਬਹੁਤ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰੋ, ਕਰਮਹੀਣ ਕੁੜਿਆਰ ਮੈਂ ਲੋਭੀ ਕਾਮੀ ਬਾਮ, ਲਾਜ ਰੱਖੋ ਨਿਜ ਵਿਰੁੱਧ ਕੀ ਜਗਤ ਕਹਿ ਸਿੱਖ ਨਾਮ, ਹਮੇ ਬੁਰਾਦ ਪਾਪ ਬਹੁ ਕੀਨੇ, ਗਰ ਦੁਸ਼ਟੀ ਚੋਰ ਚਰਾਇਆ, ਅਬ ਨਾਨਕ ਸ਼ਰਣ ਅੰਗ ਤੇ ਆਏ, ਹਰ ਰੱਖੋ ਲਾਜ ਹਰ ਭਾਇਆ,
ਇਉਂ ਬੇਨਤੀ ਕੀਤੀਆਂ ਸਾਹਿਬ ਸਾਰੇ ਬੋਲੋ ਜੀ ਪ੍ਰੇਮ ਦੇ ਨਾਲ ਆਪਣੇ ਕਰਨੀ ਮਹਾਰਾਜ ਨੇ ਭਾਈ ਮੰਜੀਆਂ
ਸਾਧਨ ਕੀਤੀਆਂ, ਸੇਵਾਦਾਰਾਂ ਨੂੰ ਦਿੱਤੀਆਂ, ਉਹਨਾਂ ਪਾਈਆਂ ਮੰਜੀਆਂ ਦੇ ਵਿੱਚੋਂ ਸਾਹਸਿਕ ਮੰਜੀ ਗੁਰਮੁਖ ਤਾਈ ਦੀ ਇਹ ਭਾਈ ਗੰਗੋ ਨੂੰ ਵੀ ਮਿਲੀ ਸਾਹਸ ਕਿ ਪ੍ਰੇਮਾ ਕੌੜੀ ਸੀ, ਉਹ ਵੀ ਹੰਕਾਰੀ ਹੋ ਗਿਆ। ਜਦੋਂ ਬਿਪਤਾ ਪਈ, ਚਰਣਾ ਚਾਇਆ ਬਹਾਨਾ ਬਣਿਆ ਸਾਹਸ, ਪਤਾ ਨੀ ਕਿੱਡਾ ਕੁ ਵੱਡਾ ਸਮੁੰਦਰ ਹੁੰਦਾ, ਗੁਰੂ ਪੀਰ ਦਇਆ ਦੇ ਵੱਡੇ ਸਮੁੰਦਰ ਹੁੰਦੇ ਨੇ, ਉੱਥੇ ਦਇਆ ਮੁੱਕਦੀ ਨੀ ਸਾਹਸ। ਉਹਨੂੰ ਵੀ ਮਾਰਨਾ ਫਿਰ ਭਾਈ ਪ੍ਰੇਮੇ ਨੂੰ ਬ੍ਰਹਮ ਗਿਆਨੀ ਦਾਤ ਦੇ ਕੇ ਨਿਹਾਲ ਕੀਤਾ ਸੀ। ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਤਾਂ ਜੇ ਆਪਾਂ ਵੀ ਇੱਕ ਧਾਰਨਾ ਪੜ੍ਹੀਏ, ਬੇਨਤੀ ਕਰੀਏ ਮਹਾਰਾਜ ਸਤਿਗੁਰੂ ਪਾਸ ਬੇਨਤੀਆਂ, ਮਿਲੇ ਨਾਮ ਅਧਾਰਾ, ਸੁੱਠਾ ਸੁੱਚਾ ਪਾਤਸ਼ਾਹ ਉਹ ਤਪ ਗਿਆ ਸੰਸਾਰਾ। ਸਾਰੇ ਪੜ੍ਹੀਏ ਜੀ। ਮਿਲ ਜਾਏ ਨਾਮ ਜਦਾਰਾ ਜੀ, 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 ਮਿਲ ਜਾਏ ਨਾਮ ਜਦਾਰਾ ਜੀ। Oh, my God.
I'm not
I'm
ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਗੁਰੂ ਜਸ ਕੀਤਾ ਗਿਆ, ਬੇਅੰਤ ਸੰਗਤਾਂ ਨੂੰ
ਸੰਤ ਮਹਾਂਪੁਰਸ਼ਾਂ ਦੇ ਕੀਮਤੀ ਵਿਚਾਰਾਂ ਦੇ ਨਾਲ ਗੁਰਬਾਣੀ ਕਥਾ ਵਿਖਿਆਨ ਕਰਕੇ ਬਾਣੀ ਦੇ ਨਾਲ ਜੋੜਨਾ ਕੀਤਾ ਹੈ। ਸੋ ਗੁਰਬਾਣੀ ਦਾ ਮਹਾਂਵਾਕ ਹੈ, ਭਾਵੇਂ ਉਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ, ਗੋਪਾਲ ਦਸ ਭੇਟਨ ਸਫਲ ਨਾਨਕ ਸੋ ਮਹੂਰਤ ਹੈ। ਜਦੋਂ ਗੁਰੂ ਤੋਂ ਪੁੱਛਦੇ ਹਾਂ ਭਾਈ ਕਿ ਕਿਹੜਾ ਸਮਾਂ ਸਫਲਾ ਗਿਣਿਆ ਜਾਂਦਾ ਹੈ, ਤਾਂ ਸਤਿਗੁਰ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਵਿੱਚ ਦੱਸਦੇ ਨੇ ਉਹ ਸਮਾਂ ਚੰਗਾ ਹੈ, ਉਹ ਸਮਾਂ ਸਫਲਾ ਹੈ ਜਿਹੜਾ ਸਮਾਂ ਗੁਰੂ ਜਸ ਦੇ ਵਿੱਚ ਲੰਘਦਾ ਹੈ, ਹਰੀ ਜਸ ਦੇ ਵਿੱਚ ਲੰਘਦਾ ਹੈ, ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਦੀ ਬੰਦਗੀ ਕਰਦੇ ਹਾਂ, ਗੁਰੂ ਦੀ ਸੰਗਤ ਕਰਦੇ ਹਾਂ, ਸਾਡਾ ਸਮਾਂ ਸਤਿਗੁਰੂ ਜੀ ਆਖਦੇ ਨੇ ਸਫਲ ਨਾਨਕ ਸੋ ਮਹੂਰਤ ਹੈ, ਜੀਵਨ ਦਾ ਉਹ ਹਰ ਪਲ ਸਫਲਾ ਹੈ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ, ਜਿਸ ਹਰ ਕਾ ਨਾਮ ਆਧਾਰ ਬਾਹਮ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਉਹ ਘੜੀਆਂ ਸਫਲੀਆਂ ਹੋ ਜਾਂਦੀਆਂ ਨੇ। ਸੋ ਅੱਜ ਦਾ ਇਹ ਸਮਾਂ ਭਾਈ ਸਫਲਾ ਹੈ। ਆਪ ਬੇਅੰਤ ਸੰਗਤਾਂ ਨੇ ਕੱਲ ਰੋਜ਼ ਤੋਂ ਕੀਰਤਨ ਦੀਵਾਨ ਸਰਵਣ ਕੀਤੇ ਨੇ, ਮਹਾਂਪੁਰਸ਼ਾਂ ਦੇ ਬਚਨ ਸਰਵਣ ਕੀਤੇ ਨੇ, ਸਾਡਾ ਇੱਕ ਇੱਕ ਪਲ ਭਾਈ ਸਫਲਾ ਹੈ। ਸੋ ਮਹਾਨ ਉਪਰਾਲਾ ਹੈ ਬੀਬੀਆਂ ਦੇ ਵੱਲੋਂ, ਆਪਾਂ ਸਾਰਿਆਂ ਨੇ ਅਰਦਾਸ ਵੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਇਸੇ ਤਰ੍ਹਾਂ ਬੀਬੀਆਂ ਦੇ ਸਿਰ ਉੱਤੇ ਮੇਰਾ ਭਰਿਆ ਹੱਥ ਰੱਖਣਾ, ਕਿਉਂਕਿ ਬਾਣੀ ਦਾ ਵੀ ਆਪਾਂ ਨੇ ਵਚਨ ਪੜਿਆ ਹੈ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜਿੱਥੇ ਆਪਾਂ ਨੇ ਬਾਣੀ ਦੇ ਨਾਲ ਜੁੜਨਾ ਹੈ, ਨਾਮ ਨੂੰ ਜਪਣਾ ਹੈ, ਸਤਿਗੁਰ ਜੀ ਕਹਿੰਦੇ ਨੇ ਉੱਥੇ ਆਪ ਹੀ ਨਹੀਂ ਭਾਈ ਹੋਰਨਾਂ ਨੂੰ ਵੀ ਜੋੜਨਾ ਹੈ। ਸੋ ਬੀਬੀਆਂ ਦਾ ਇਹ ਵੱਡਾ ਉਪਰਾਲਾ ਹੈ ਜੋ ਹਰੇਕ ਸਾਲ ਇਹਨਾਂ ਦੇ ਵੱਲੋਂ ਉੱਦਮ ਕੀਤਾ ਜਾਂਦਾ ਹੈ, ਬਾਣੀ ਦੇ ਜਪ ਤਪ ਕੀਤੇ ਜਾਂਦੇ ਨੇ, ਪੂਰਾ ਮਹੀਨਾ ਸੁਖਮਨੀ ਸਾਹਿਬ ਦੇ ਅਖੰਡ ਜਾਪ ਹੁੰਦੇ ਨੇ, ਉਪਰੰਤ ਕੀਰਤਨ ਦੀਵਾਨ ਸਜਾਏ ਜਾਂਦੇ ਨੇ। ਸੋ ਇਹਨਾਂ ਦਾ ਵੱਡਾ ਉੱਦਮ ਹੈ, ਮਾਲਕ ਬੀਬੀਆਂ ਦੇ ਸਿਰਾਂ 'ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਰੱਖਣ, ਤੰਦਰੁਸਤੀਆਂ ਬਖਸ਼ਣ, ਇਸੇ ਤਰ੍ਹਾਂ ਗੁਰੂ ਦੀ ਬਾਣੀ ਦੇ ਨਾਲ ਇਹਨਾਂ ਨੂੰ ਜੋੜੀ ਰੱਖਣ, ਤਾਂ ਜੋ ਇਸੇ ਤਰ੍ਹਾਂ ਇਹ ਸੰਗਤਾਂ ਨੂੰ ਗੁਰੂ ਦੀ ਬਾਣੀ ਸਰਵਣ ਕਰਾਉਂਦੇ ਰਹਿਣ। ਸੋ ਬਹੁਤ ਹੀ ਬੀਬੀਆਂ ਦਾ ਧੰਨਵਾਦ ਹੈ। ਸੋ ਕੱਲ੍ਹ ਰੋਜ਼ ਤੋਂ ਸੰਤ ਬਾਬਾ ਹਨੇਕ ਸਿੰਘ ਜੀ, ਰਾੜਾ ਸਾਹਿਬ ਲੰਗਰਾਂ ਵਾਲੇ ਉਹ ਵੀ ਪਹੁੰਚੇ ਸਨ, ਸੰਤ ਬਾਬਾ ਅਮਰ ਸਿੰਘ ਜੀ ਉਹ ਵੀ ਪਹੁੰਚੇ ਸਨ, ਸੰਤ ਬਾਬਾ ਰਵਿੰਦਰ ਸਿੰਘ ਜੀ ਉਹ ਵੀ ਪਹੁੰਚੇ ਸਨ, ਸਾਰੇ ਹੀ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਔਰ ਅੱਜ ਖਾਸ ਤੌਰ 'ਤੇ ਸਾਡੇ ਵਿੱਚ ਪਹੁੰਚੇ ਹਨ ਸੰਤ ਬਾਬਾ ਕੁਲਵੰਤ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਆਪਣੇ ਕੀਮਤੀ ਵਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ, ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ। ਸੋ ਬਾਬਾ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਮੈਂ ਬੇਨਤੀ ਕਰਦਾ ਹਾਂ ਕਿ ਬਾਬਾ ਜੀਆਂ ਦਾ ਸਨਮਾਨ ਕੀਤਾ ਜਾਣਾ ਹੈ। ਸਮੂਹ ਜਥੇ ਨੂੰ, ਬੀਬੀਆਂ ਦੇ ਜਥੇ ਨੂੰ ਬੇਨਤੀ ਕੀਤੀ ਕਰਦਾ ਹਾਂ ਕਿ ਉਹ ਬਾਬਾ ਜੀਆਂ ਦਾ ਸਨਮਾਨ ਕਰਨ ਦੀ ਕਿਰਪਾਲਤਾ ਕਰਨ ਜੀ, ਔਰ ਬਾਬਾ ਜੀਆਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਲੈਣ ਦੀ ਕਿਰਪਾਲਤਾ ਕਰਨ, ਔਰ ਨਾਲ ਹੀ ਬੇਨਤੀ ਕਰਾਂਗੇ ਕਿ ਜੋ ਬਾਬਾ ਜੀਆਂ ਦੇ ਜਥੇ ਦੇ ਮੈਂਬਰ ਨੇ
ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ। ਜਿੰਨੇ ਵੀ ਜਥੇ ਦੇ ਮੈਂਬਰ ਸਾਹਿਬਾਨ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਾਰੇ ਹੀ ਆਉਣ ਦੀ ਕਿਰਪਾਲਤਾ ਕਰਨ ਜੀ। ਸੰਤ ਮਹਾਂਪੁਰਸ਼ਾਂ ਦਾ ਕੁਟਾਨ ਕੁਟਾਨ ਧੰਨਵਾਦ ਹੈ। ਗੁਰਬਾਣੀ ਦਾ ਮਹਾਂਵਾਕ ਹੈ, ਸੰਤ ਜਨਾ ਮਿਨ ਹਰਿ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸੋ ਸੰਤ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੁਲੇ ਸੋ ਨਿਹਾਲ ਸੋ ਬੇਨਤੀ ਕੀਤੀ ਜਾਂਦੀ ਹੈ ਜੀ ਬਾਬਾ ਜੀਆਂ ਦੇ ਜੋ ਜਥੇ ਦੇ ਮੈਂਬਰ ਸਾਹਿਬਾਨ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਰੇ ਹੀ ਜਥੇ ਦੇ ਮੈਂਬਰ ਆਉਣ ਦੀ ਕਿਰਪਾਲਤਾ ਕਰਨ ਜੀ। ਬਾਬਾ ਜੀਆਂ ਦੇ ਜਥੇ ਦੇ ਬੁਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਕੁਟਾਨ ਕੁਟਾਨ ਧੰਨਵਾਦ ਹੈ ਬਾਬਾ ਜੀਆਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ। ਸੋ ਇਸ ਤੋਂ ਬਾਅਦ ਬੇਨਤੀ ਕੀਤੀ ਜਾਂਦੀ ਹੈ ਸਾਡੇ ਨਗਰ ਦੇ ਸਰਪੰਚ ਸਾਹਿਬ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ। ਸਰਦਾਰ ਨਿਰਮਲ ਸਿੰਘ ਜੀ ਨਿੰਮਾ, ਸਰਦਾਰ ਨਿਰਮਲ ਸਿੰਘ ਜੀ ਨਿੰਮਾ, ਸੋ ਬਾਬਾ ਜੀਆਂ ਦੇ ਵੱਲੋਂ ਸਤਿ ਸ੍ਰੀ ਅਕਾਲ ਜਥੇ ਦਾ ਸਨਮਾਨ ਕੀਤਾ ਗਿਆ, ਧੰਨਵਾਦ ਹੈ ਜੀ। ਸੋ ਬੇਨਤੀ ਹੈ ਨਗਰ ਦੇ ਸਰਪੰਚ ਸਾਹਿਬ ਉਹਨਾਂ ਦੇ ਸਨਮਾਨ ਕੀਤਾ ਜਾਣਾ ਹੈ। ਸਤਿ ਸ੍ਰੀ ਅਕਾਲ। ਸੋ ਇਸ ਤੋਂ ਬਾਅਦ ਬੇਨਤੀ ਹੈ ਕਿ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਹੈ ਸਮੂਹ ਬੀਬੀਆਂ ਦੇ ਵੱਲੋਂ ਉਹਨਾਂ ਦੇ ਵੀ ਸਨਮਾਨ ਕੀਤੇ ਜਾਣੇ ਹਨ। ਬਾਬਾ ਸਰਦਾਰ ਬਚਿੱਤਰ ਸਿੰਘ ਜੀ ਪ੍ਰਧਾਨ ਸਾਹਿਬ, ਸਰਦਾਰ ਚਰਨ ਸਿੰਘ ਜੀ ਸੈਕਟਰੀ ਸਾਹਿਬ, ਸਰਦਾਰ ਰਜਿੰਦਰ ਸਿੰਘ ਜੀ, ਸਰਦਾਰ ਸੁੱਚਾ ਸਿੰਘ ਜੀ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਹਨਾਂ ਦੇ ਸਨਮਾਨ ਕੀਤੇ ਜਾਣੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਆਉਣ ਦੀ ਕਿਰਪਾਲਤਾ ਕਰਨ। ਸਰਦਾਰ ਬਚਿੱਤਰ ਸਿੰਘ ਜੀ ਪ੍ਰਧਾਨ ਸਾਹਿਬ, ਸਰਦਾਰ ਰਜਿੰਦਰ ਸਿੰਘ ਜੀ ਮੀਤ ਪ੍ਰਧਾਨ ਸਾਹਿਬ ਬੋਲੇ ਸੋ ਨਿਹਾਲ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਬੇਨਤੀ ਹੈ ਕਿ ਉਹਨਾਂ ਦੇ ਵੀ ਸਨਮਾਨ ਕੀਤੇ ਜਾਣੇ ਨੇ। ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਉਣ ਦੀ ਕਿਰਪਾਲਤਾ ਕਰਨ ਜੀ, ਉਹਨਾਂ ਦੇ ਵੀ ਸਨਮਾਨ ਕੀਤੇ ਜਾਣੇ ਨੇ। ਭਾਈ ਜਸਵੀਰ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਜਤਿੰਦਰ ਸਿੰਘ ਜੀ, ਨਾਲ ਹੀ ਬੇਨਤੀ ਕਰਾਂਗੇ ਬਾਬਾ ਪ੍ਰੀਤਮ ਸਿੰਘ ਜੀ ਲੰਗਰ ਵਾਲੇ। ਸਤਿ ਸ੍ਰੀ ਅਕਾਲ। ਬਾਬਾ ਪ੍ਰੀਤਮ ਸਿੰਘ ਜੀ ਲੰਗਰ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਉਹ ਵੀ ਆਉਣ ਦੀ ਕਿਰਪਾਲਤਾ ਕਰਨ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਬੇਨਤੀ ਹੈ ਧਰਮਿੰਦਰ ਸਿੰਘ ਜੀ ਬੱਗਾ ਉਹ ਵੀ ਆਉਣ ਦੀ ਕਿਰਪਾਲਤਾ ਕਰਨ ਜੀ।
ਸਤਿ ਸ਼੍ਰੀ ਅਕਾਲ ਭਾਈ ਦਵਿੰਦਰ ਸਿੰਘ ਜੀ ਲੁਧਿਆਣਾ ਰੋਡ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਵੀ ਆਉਣ। ਸਤਿ ਸ਼੍ਰੀ ਅਕਾਲ ਭਾਈ ਰਵਿੰਦਰ ਸਿੰਘ ਜੀ, ਅਮਰਜੀਤ ਸਿੰਘ ਜੀ ਸੰਧੂ, ਭਾਈ ਹੁਸ਼ਿਆਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਾਰੇ ਨਗਰ ਨੂੰ ਸੁੱਖ ਸ਼ਾਂਤੀ ਰੱਖੇ, ਚੜ੍ਹਦੀ ਕਲਾ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਗੇ ਵਾਸਤੇ ਵੀ ਇਹੋ ਜਿਹੇ ਉਪਰਾਲੇ ਕਰਨ ਦੀ ਬੁੱਧ ਬਖਸ਼ੇ ਮਹਾਰਾਜ। ਵਾਹਿਗੁਰੂ ਕਿਰਪਾ ਕਰੇ ਦਾਤਾ ਜੀ, ਅਤੇ ਬੀਬੀਆਂ ਦੇ ਸਿਰ 'ਤੇ ਤਪਾਕ, ਬੀਬੀਆਂ ਨੂੰ ਤਪਾਕ ਅਤੇ ਪਿਆਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਨਾਮ ਜਸਵੀਰ ਕੌਰ। ਜਸਵੀਰ ਕੌਰ ਜੀ, ਤੇ ਆਪਣੇ ਕਿਹੜੀ ਹੈ ਨਾ? ਮਾਤਾ ਭਾਗੋ ਸੁਖਨਾ ਸੋਸਾਇਟੀ। ਅੱਛਾ ਜੀ, ਸੋਸਾਇਟੀ ਵੱਲੋਂ ਕੀ ਜੋ ਅੱਜ ਪ੍ਰੋਗਰਾਮ ਕਰਾਇਆ ਗਿਆ ਸੀ, ਕਿੰਨੇ ਟਾਈਮ ਦਾ ਸੀ ਇਹ? 2 ਦਿਨ ਦਾ ਦੀਵਾਨ ਸੀਗੇ, ਤੇ 2 ਦਿਨ ਦਾ, ਅੱਜ ਦੂਜੇ ਦਿਨ ਦਾ ਦੀਵਾਨ ਸਮਾਪਤ ਹੋ ਗਿਆ। ਕਿਹੜੇ ਸੰਤਾਂ ਦੇ ਆਏ ਸੀ ਦੀਵਾਨ? ਇਹ ਬਾਬਾ ਹਰਨੇਕ ਸਿੰਘ ਜੀ ਸੀਗੇ, ਬਲਵੰਤ ਸਿੰਘ ਜੀ ਸੀਗੇ, ਅਮਰ ਸਿੰਘ ਜੀ ਮਹਾਰਾਜ ਜੀ, ਰਾੜਾ ਸਾਹਿਬ ਵਾਲੇ ਸਾਰੇ ਸੰਤ ਸੀ। ਤੇ ਇਹ ਸਮਾਗਮ ਕਰਾਉਣ ਪਿੱਛੇ ਕੀ ਕਾਰਨ ਹੈ ਤੁਹਾਡਾ, ਕਿੱਦਾਂ ਤੁਸੀਂ ਉਸ 'ਤੇ ਹੋ? ਇਹ ਸਾਡਾ ਇਹ ਕਾਰਨ ਹੈ ਕਿ ਸੰਗਤਾਂ ਜੁੜੀਆਂ ਰਹਿਣ ਅਤੇ ਮਾਈ ਭਾਗੋ ਸੁਖਨੀ ਸੋਸਾਇਟੀ ਦੇ ਨਾਲ, ਅਤੇ ਜੋ ਸੁਖਨੀ ਸਾਹਿਬ ਦੇ ਪਾਠ ਹੁੰਦੇ ਹਨ ਮਾਘ ਦੇ ਮਹੀਨੇ ਹੁੰਦੇ ਹਨ, 41 ਦਿਨ ਲਗਾਤਾਰ ਪਾਠ ਚੱਲਦੇ ਹਨ, ਅਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਕੀਤੀ ਜਾਂਦੀ ਹੈ ਕਿ ਸਾਰੇ ਨਗਰ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖੇ ਵਾਹਿਗੁਰੂ, ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਘ ਮਜਨ ਸੰਗ ਸਾਧੂਆਂ, ਧੂਰੇ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਗੁਰਬਾਣੀ ਦੇ ਇਹਨਾਂ ਮਹਾਂਵਾਕਾਂ ਦੇ ਅਨੁਸਾਰ ਬਹੁਤ ਹੀ ਸਤਿਕਾਰਯੋਗ ਬੀਬੀਆਂ ਮਾਤਾ ਭਾਗੋ ਸੇਵਾ ਸੁਖਮਨੀ ਸੋਸਾਇਟੀ ਵੱਲੋਂ, ਜਿਨ੍ਹਾਂ ਦੇ ਵੱਲੋਂ ਹਰੇਕ ਸਾਲ ਮਾਘ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ, ਗੁਰਬਾਣੀ ਦਾ ਮਹਾਂਵਾਕ ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੂਰਾ ਮਹੀਨਾ ਕੀਤੇ ਜਾਂਦੇ ਨੇ, ਉਪਰੰਤ ਸੁਖਮਨੀ ਸਾਹਿਬ ਦੇ ਅਖੰਡ ਜਾਪ ਔਰ ਸਮਾਪਤੀ ਅਤੇ ਗੁਰਮਤਿ ਸਮਾਗਮ ਕਰਾਏ ਜਾਂਦੇ ਨੇ। ਸੋ ਹਰੇਕ ਸਾਲ ਦੀ ਤਰ੍ਹਾਂ ਅੱਜ ਇਹਨਾਂ ਸਮਾਗਮਾਂ ਦੀ ਸਮਾਪਤੀ ਹੋਈ ਹੈ। ਪੂਰਾ ਮਹੀਨਾ ਸੁਖਮਨੀ ਸਾਹਿਬ ਦੇ ਜਾਪ ਬੀਬੀਆਂ ਦੇ ਵੱਲੋਂ ਲਗਾਤਾਰ ਨਿਰੰਤਰ ਕੀਤੇ ਗਏ ਔਰ ਸਮਾਪਤੀ 'ਤੇ 2 ਦਿਨਾਂ ਦਾ ਗੁਰਮਤਿ ਸਮਾਗਮ ਹੋਇਆ ਹੈ, ਜਿਹਦੇ ਵਿੱਚ ਉਚੇਚੇ ਤੌਰ 'ਤੇ ਸੰਤ ਬਾਬਾ ਹਰਨੇਕ ਸਿੰਘ ਜੀ, ਰਾੜਾ ਸਾਹਿਬ ਲੰਗਰਾਂ ਵਾਲੇ ਸੰਤ ਬਾਬਾ ਕੁਲਵੰਤ ਸਿੰਘ ਜੀ ਰਾੜਾ ਸਾਹਿਬ, ਸੰਤ ਬਾਬਾ ਅਮਰ ਸਿੰਘ ਜੀ ਔਰ ਰਤਵਾੜਾ ਸਾਹਿਬ ਤੋਂ ਬਹੁਤ ਸਾਰੇ ਸੰਤ ਮਹਾਂਪੁਰਖਾਂ ਨੇ ਪਹੁੰਚ ਕੇ ਇਸ ਗੁਰਮਤਿ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ, ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਬੇਅੰਤ ਸੰਗਤਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ, ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਹੈ ਉਸਨੂੰ ਸਫਲ ਕੀਤਾ ਗਿਆ ਹੈ। ਸੋ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਗੁਰਬਾਣੀ ਦਾ ਇੱਕ ਮਹਾਂਵਾਕ ਹੈ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਗੁਰੂ ਸਾਹਿਬ ਆਖਦੇ ਨੇ ਕਿ ਸਾਡਾ ਜੀਵਨ ਤਾਂ ਹੀ ਸੁਖੀ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ।
ਗੁਰੂ ਦੀ ਸੰਗਤ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਤੋਂ ਸਿੱਧ ਲੈ ਕੇ ਆਪਣੇ ਜੀਵਨ ਦੇ ਵਿੱਚ ਨੇਕ ਅਮਲਾਂ ਦੀ ਕਮਾਈ ਕਰਦੇ ਹਾਂ। ਇਸ ਜਥੇ ਦੇ ਵੱਲੋਂ ਹਰੇਕ ਸਾਲ ਕੀਤਾ ਜਾਂਦਾ ਹੈ। ਸੋ ਮੈਂ ਇਹਨਾਂ ਬੀਬੀਆਂ ਨੂੰ ਜਿੱਥੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਬੇਨਤੀ ਵੀ ਕਰਦਾ ਹਾਂ ਕਿ ਮਾਲਕ ਇਹਨਾਂ ਉੱਤੇ ਕਿਰਪਾ ਰੱਖੇ, ਇਸੇ ਤਰ੍ਹਾਂ ਮਿਹਰ ਬਣਾਈ ਰੱਖੇ, ਕਿਉਂਕਿ ਤਕਰੀਬਨ ਪਿਛਲੇ 20 ਸਾਲਾਂ ਤੋਂ ਇਹ ਜਥਾ ਨਿਰੰਤਰ ਚੱਲ ਰਿਹਾ ਹੈ ਔਰ ਬਹੁਤ ਸਾਰੀਆਂ ਸੇਵਾਵਾਂ ਵੀ ਇਹਨਾਂ ਬੀਬੀਆਂ ਦੇ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਜਿੱਥੇ ਹਫ਼ਤਾਵਾਰੀ ਸਮਾਗਮ ਇਹਨਾਂ ਦੇ ਵੱਲੋਂ ਬੁੱਧਵਾਰ ਨੂੰ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਂਦੇ ਨੇ, ਸ਼ੁੱਕਰਵਾਰ ਨੂੰ ਕੀਤੇ ਜਾਂਦੇ ਨੇ, ਉਸੇ ਤਰ੍ਹਾਂ ਹਰੇਕ ਸਾਲ ਇਹ ਸਮਾਗਮ ਵੀ ਕੀਤੇ ਜਾਂਦੇ ਨੇ। ਹੋਰ ਬਹੁਤ ਸਾਰੀਆਂ ਸੇਵਾਵਾਂ ਵੀ ਇਹਨਾਂ ਬੀਬੀਆਂ ਦੇ ਵੱਲੋਂ ਕੀਤੇ ਜਾਂਦੇ ਨੇ, ਭਾਵ ਇਹਨਾਂ ਦੇ ਵੱਡੇ ਉਪਰਾਲੇ ਨੇ ਔਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਬੀਬੀਆਂ ਇੱਕ ਇਕਾਈ ਦੇ ਵਿੱਚ ਇੱਕ ਜੁੰਡ ਦੇ ਵਿੱਚ ਰਲ ਕੇ ਕੰਮ ਕਰਦੀਆਂ ਨੇ, ਗੁਰਬਾਣੀ ਤੋਂ ਸੇਧ ਲੈਂਦੀਆਂ ਨੇ। ਸੋ ਸਤਿਗੁਰ ਪਾਤਸ਼ਾਹ ਜੀ ਇਹਨਾਂ ਬੀਬੀਆਂ ਦੇ ਸਿਰਾਂ 'ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ, ਕਿਉਂਕਿ ਅੱਜ ਦਾ ਜੋ ਸਮਾਂ ਹੈ, ਕਿਉਂਕਿ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਸਮਾਜ ਦੀਆਂ ਸਿਰਜਣਹਾਰੀਆਂ ਦੱਸਿਆ ਗਿਆ ਹੈ ਕਿ ਸਮਾਜ ਦੇ ਵਿੱਚ ਚੇਤਨਾ ਤਾਂ ਹੀ ਆ ਸਕਦੀ ਹੈ ਜੇਕਰ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਗੁਰੂ ਦੀ ਬਾਣੀ ਦੇ ਨਾਲ ਜੁੜੀਆਂ ਨੇ। ਸੋ ਇਹ ਬੀਬੀਆਂ ਜਿੱਥੇ ਆਪ ਗੁਰੂ ਦੀ ਬਾਣੀ ਦੇ ਨਾਲ ਜੁੜੀਆਂ ਨੇ, ਉੱਥੇ ਸਾਰੇ ਸਮਾਜ ਨੂੰ ਵੀ ਗੁਰਬਾਣੀ ਦੇ ਨਾਲ ਜੋੜਦੀਆਂ ਨੇ, ਉਪਰਾਲਾ ਕਰਦੀਆਂ ਨੇ। ਸੋ ਇਹ ਮਹਾਨ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ। ਇਹਨਾਂ ਸਾਰੀਆਂ ਹੀ ਬੀਬੀਆਂ ਨੂੰ ਬਹੁਤ ਬਹੁਤ ਵਧਾਈ ਹੈ। ਜਿੱਥੇ ਵਧਾਈ ਹੈ ਉੱਥੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ ਕਿ ਮਾਲਕ ਇਸ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ, ਇਸ ਜਥੇ ਨੂੰ ਹੋਰ ਵੀ ਅੱਗੇ ਤੋਂ ਤੰਦਰੁਸਤੀ ਬਖਸ਼ੇ ਤਾਂ ਜੋ ਅੱਗੇ ਤੋਂ ਵੀ ਇਹ ਵੱਧ ਚੜ੍ਹ ਕੇ ਇਸ ਤਰ੍ਹਾਂ ਦੇ ਸਮਾਗਮ ਕਰਦੀਆਂ ਰਹਿਣ ਔਰ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਰਹਿਣ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੀਆਂ ਰਹਿਣ। ਸਾਡੀ ਸਮੁੱਚੀ ਹੀ ਮੈਨੇਜਮੈਂਟ ਕਮੇਟੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਲੋ, ਮੈਂ ਜਸਵਿੰਦਰ ਸਿੰਘ ਐਜ਼ ਏ ਮੈਨੇਜਰ ਹੋਣ ਦੇ ਨਾਤੇ ਬੀਬੀਆਂ ਨੂੰ ਵਧਾਈ ਵੀ ਦਿੰਦਾ ਹਾਂ ਔਰ ਮਾਲਕ ਦੇ ਚਰਨਾਂ ਵਿੱਚ ਬੇਨਤੀ ਵੀ ਕਰਦਾ ਹਾਂ ਕਿ ਇਹ ਇਸੇ ਤਰ੍ਹਾਂ